ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਿ ਹਰ ਘਰ ਵਿੱਚ ਰਸੋਈ ਬੜਾ ਜ਼ਰੂਰੀ ਥਾਂ ਕਿਹਾ ਜਾਂਦਾ ਹੈ ਘਰ ਦੇ ਸੁੱਖ ਸਮ੍ਰਿਧੀ ਸ਼ਾਂਤੀ ਖੁਸ਼ਹਾਲੀ ਦਾ ਇੱਥੇ ਵਾਸਾ ਹੁੰਦਾ ਇੱਥੋਂ ਤੱਕ ਮੰਨਿਆ ਜਾਂਦਾ ਹੈ ਕਿ ਰਸੋਈ ਕਰਦੀਆਂ ਕੁਝ ਚੀਜ਼ਾਂ ਕਦੀ ਖਤਮ ਨਹੀਂ ਹੋਣ ਦੇਣੀਆਂ ਚਾਹੀਦੀਆਂ ਨਹੀਂ ਤਾਂ ਘਰ ਦੇ ਵਿੱਚ ਸਕਾਰਾਤਮਕ ਜਿਹੜੀ ਊਰਜਾ ਹੈ ਉਹ ਖਤਮ ਹੋ ਜਾਂਦੀ ਹੈ ਤੇ ਇਹੀ ਕਾਰਨ ਹੁੰਦਾ ਹੈ ਘਰ ਵਿੱਚ ਉਹ ਬਰਕਤ ਤੇ ਖੁਸ਼ੀਆਂ ਜਿਹੜੀਆਂ ਨੇ ਉਤਰ ਜਾਂਦੀਆਂ ਨੇ ਇਹਨਾਂ ਚੀਜ਼ਾਂ ਨੂੰ ਖਤਮ ਹੋਣ ਤੋਂ ਪਹਿਲਾਂ ਹੀ ਆਪਾਂ ਨੂੰ ਲੈ ਆਉਣੇ ਚਾਹੀਦੇ ਨੇ ਚਲੋ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਨੇ ਇਹ ਵੀ ਅਕਸਰ ਕੀ ਹੁੰਦਾ ਹੈ ਰਸੋਈ ਦੇ ਵਿੱਚ ਆਟਾ ਜਦੋਂ ਪੂਰੀ ਤਰ੍ਹਾਂ ਖਤਮ ਹੋ ਜਾਏ ਤੇ ਫੇਰੀ ਨਵਾਂ ਲੈ ਕੇ ਆਉਂਦੇ ਨੇ ਪਰ ਇਸ ਕਰਨ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਕਿਹਾ ਜਾਂਦਾ ਹੈ ਇਹਦੇ ਨਾਲ ਧਨ ਤੇ ਸਮਾਨ ਦੀ ਕਮੀ ਹੋ ਜਾਂਦੀ ਜਿੰਦਗੀ ਦੇ ਵਿੱਚ ਜੇਕਰ ਆਟਾ ਖਤਮ ਹੋਣ ਤੋਂ ਪਹਿਲਾਂ ਹੀ ਆਪਾਂ ਡੱਬੇ ਭਰ ਦਿੰਨੇ ਆ ਤਾਂ ਫਿਰ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਹੀਂ ਹੁੰਦੀ ਤੇ ਡੱਬਾ ਜਿਹੜਾ ਛਾੜਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਕਹਿੰਦੇ ਇਹ ਬੜਾ ਮਾੜਾ ਹੁੰਦਾ ਈ ਚੀਜ਼ੋ ਕਹਿੰਦੇ ਨੇ ਵੀ ਘਰ ਦੇ ਵਿੱਚੋਂ ਨਾ ਕਦੀ ਵੀ ਹਲਦੀ ਖਤਮ ਨਾ ਹੋਣ ਦਿਓ ਹੈਲਦੀ ਹੈ ਤੇ ਮਸਾਲਾ ਪਰ ਕਈ ਲੋਕ ਇਹਨੂੰ ਧਾਰਮਿਕ ਦ੍ਰਿਸ਼ਟੀ ਤੋਂ ਬੜਾ ਚੰਗਾ ਮੰਨਦੇ ਨੇ ਉਹ ਇਸ ਨੂੰ ਆਪਣੇ ਗੁਰੂ ਦੇ ਨਾਲ ਵੀ ਜੋੜਦੇ ਨੇ ਉਹ ਕਹਿੰਦੇ ਕਿ ਹਲਦੀ ਖਤਮ ਹੋਣ ਦੇ ਨਾਲ ਕਈ ਤਰ੍ਹਾਂ ਦੇ ਕਰਤੋਸ਼ ਪੈਦਾ ਹੋ ਜਾਂਦੇ ਨੇ ਜਿਸ ਦੇ ਨਾਲ ਕਰਦੀਆਂ ਖੁਸ਼ੀਆਂ ਉਹਨਾਂ ਦੇ ਵਿੱਚ ਫਿਰ ਕੀ ਹੈ ਕਿ ਕਮੀ ਆਉਣ ਲੱਗ ਜਾਂਦੀ ਹੈ ਕਈ ਤਰ੍ਹਾਂ ਦੇ ਕਰ ਦਿੱਕਤਾਂ ਤੇ ਮੁਸ਼ਕਿਲਾਂ ਆਉਣ ਲੱਗ ਜਾਂਦੀਆਂ ਨੇ ਜੋ ਕਿ ਤੁਹਾਨੂੰ ਖਤਮ ਕਰਨ ਦੇ ਅਸਾਰ ਬੜੇ ਜ਼ਿਆਦੇ ਬੰਦੇ ਨੇ ਕੰਮਾਂ ਦੇ ਵਿੱਚ ਕਈ ਤਰ੍ਹਾਂ ਦੇ ਹਰੁਕਾਪਟਾ ਆਉਂਦੀਆਂ ਨੇ ਇਸ ਲਈ ਕਦੀ ਵੀ ਹਲਦੀ ਖਤਮ ਨਾ ਹੋਣ ਦਿਵੋ ਇੱਥੋਂ ਤੱਕ ਕਹਿੰਦੇ ਨੇ ਕਿ ਨਾ ਹੀ ਕਿਸੇ ਘਰੋਂ ਹਲਦੀ ਮੰਗ ਕੇ ਲੈ ਕੇ ਆਓ ਤੇ ਨਾ ਹੀ ਕਿਸੇ ਨੂੰ ਦਵੋ ਜੀ ਚੀਜ਼ ਜੋ ਕਹਿੰਦੇ ਨੇ ਉਹ ਹੈ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਉਹ ਆਪਣੇ ਕਿਸੇ ਦੇਵਤੇ ਦੇ ਨਾਲ ਛੋੜਦੇ ਨੇ ਉਹ ਕਹਿੰਦੇ ਕਿ ਉਹਨਾਂ ਨੂੰ ਹਮੇਸ਼ਾ ਨਹਾ ਕਰਨਾ ਬੜਾ ਪਸੰਦ ਹੈ ਕਹਿੰਦੇ ਕਿ ਜੇਕਰ ਤੁਹਾਡੇ ਘਰੋਂ ਸਰੋਂ ਦਾ ਤੇਲ ਖਤਮ ਹੁੰਦਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਕੋਈ ਨਾ ਕੋਈ ਕਸ਼ਟ ਜ਼ਰੂਰ ਚੱਲਣਾ ਪੈਂਦਾ ਕਹਿੰਦੇ ਸਰੋਂ ਤੇਲ ਖਤਮ ਹੋਣ ਤੋਂ ਪਹਿਲਾਂ ਹੀ ਖਰੀਦ ਲਿਓ ਕਿਹਾ ਜਾਂਦਾ ਹੈ ਜਦੋਂ ਐਵੇਂ ਕਰਦੇ ਹੋ ਤਾਂ ਤੁਹਾਡਾ ਕਰ ਮਜ਼ਬੂਤ ਹੁੰਦਾ ਪਰ ਜੇਕਰ ਤੁਸੀਂ ਆਪਣੇ ਘਰੋਂ ਇਹ ਸਰੋਂ ਦਾ ਤੇਲ ਖਤਮ ਹੁੰਦਾ ਜਾਂ ਸਰੋਂ ਦਾ ਤੇਲ ਦਾਨ ਨਹੀਂ ਕਰਦੇ ਤਾਂ ਤੁਸੀਂ ਕਈ ਤਰ੍ਹਾਂ ਦੇ ਕਸ਼ਟਾਂ ਦਾ ਪਾਤਰ ਬਣ ਜਾਂਦੇ ਹੋ ਉਹ ਇੱਥੋਂ ਤੱਕ ਕਹਿੰਦੇ ਨੇ ਕਿ ਇਹ ਜਿਹੜੀ ਜਾਣਕਾਰੀ ਇਹ ਕਹਿੰਦੇ ਵੀ ਇਹ ਦਿਨ ਵਿੱਚ ਕੋਈ ਧਾਰਮਿਕ ਕਾਰਨ ਵੀ ਨਹੀਂ ਹੈਗਾ ਤੇ ਵਿਗਿਆਨਿਕ ਕਾਰਨ ਵੀ ਨਹੀਂ ਹੈਗਾ ਪਰ ਬੜੇ سارے ਲੋਕ ਇਸ ਨੂੰ ਮੰਨਦੇ ਨੇ ਅਤੇ ਆਪਣੇ ਘਰ ਵਰਤਦੇ ਨੇ ਤੇ ਜਿਸ ਦੇ ਨਾਲ ਉਹ ਘਰ ਖੁਸ਼ੀਆਂ ਪ੍ਰਾਪਤ ਕਰਦੇ ਨੇ